ਸਤਿ ਸ੍ਰੀ ਅਕਾਲ ਦੋਸਤੋ, ਟੱਚਨ ਪੰਜਾਬੀ ਲਾਈਵ ਚੈਨਲ 'ਤੇ ਤੁਹਾਡਾ ਸਵਾਗਤ ਹੈ। ਦੋਸਤੋ, ਪੰਜਾਬੀ ਇੰਡਸਟਰੀ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ। ਦੋਸਤੋ, ਅੱਜ ਗੱਲ ਕਰਦੇ ਹਾਂ ਗੀਤਾਂ ਦੀ ਮਸ਼ੀਨ ਕਰਨ ਔਜਲਾ ਦੀ। ਦੋਸਤੋ, ਜਿੱਥੇ ਫੈਨਸ ਆਪਣੇ ਫੇਵਰੇਟ ਸਿੰਗਰ ਨੂੰ ਸਪੋਰਟ ਕਰਦੇ ਹਨ, ਉੱਥੇ ਸਿੰਗਰ ਵੀ ਆਪਣੇ ਫੈਨ ਨੂੰ ਸਪੋਰਟ ਕਰਨੋਂ ਪਿੱਛੇ ਨਹੀਂ ਰਹਿੰਦੇ। ਦੋਸਤੋ, ਇੱਦਾਂ ਦੀ ਹੀ ਇੱਕ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਜਿਸ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਪੁਲਿਸ ਵੱਲੋਂ ਫੈਨਸ ਨਾਲ ਹੋ ਰਹੇ ਮਾੜੇ ਵਿਵਹਾਰ 'ਤੇ ਕਰਨ ਔਜਲਾ ਨੂੰ ਬੋਲਣਾ ਪਿਆ। ਦੋਸਤੋ, ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਦਿਖਾਉਂਦੇ ਮੈਂ ਤੁਹਾਨੂੰ ਇਹ ਵੀਡੀਓ ਕਿ ਕਰਨ ਔਜਲਾ ਨੇ ਲਾਈਵ ਸ਼ੋਅ ਦੌਰਾਨ ਕੀ ਕੁਝ ਕਿਹਾ। ਬਾਈ ਕੀ ਕਰੀ ਜਾਂਦੇ ਹੋ? ਲੋਕ ਟਿਕਟਾਂ ਲਾ ਕੇ ਆਇਆ ਫਰੀ ਦੀਆਂ। ਬਾਈ ਕੀ ਕਰੀ ਜਾਂਦੇ ਹੋ? ਲੋਕ ਟਿਕਟਾਂ ਲਾ ਕੇ ਆਇਆ ਫਰੀ ਦੀਆਂ। ਠੀਕ ਹੈ ਯਾਰਾ, ਸਿੱਧੋ ਨਾ ਮੇਰਾ ਵੀਰ, ਯਾਰਾ ਸਿੱਧੋ ਨਾ ਯਾਰਾ, ਇਹਨਾਂ ਕਰੋ ਯਾਰ ਭਰਾ, ਤੁਹਾਡੇ ਘਰ ਕੀ ਗਾਉਣਾ ਹੈ, ਆਏ ਧੱਕਾ ਨਾ ਮਾਰੋ ਸੌਣ ਵਾਲੇ ਬਾਈ ਨੂੰ। ਯਾਰ ਭਰਾ, ਤੁਹਾਡੇ ਘਰ ਕੀ ਗਾਉਣਾ ਹੈ, ਆਏ ਧੱਕਾ ਨਾ ਮਾਰੋ ਸੌਣ ਵਾਲੇ ਬਾਈ ਨੂੰ। ਠੀਕ ਹੈ ਨਾ, ਉਹ ਸਾਰਾ ਕੁਛ ਬੰਦ ਹੋ ਜਾਂਦਾ, ਇੰਨਾ ਵਧੀਆ ਲੱਗਦਾ। ਚਲੋ ਭਾਈ, ਹੈਲੋ ਵੀਰੇ, ਮਾੜਾ ਜਿਹਾ ਸਾਈਡ 'ਤੇ ਹੋ ਜਾਓ ਯਾਰ, ਮੈਨੂੰ ਨਹੀਂ ਪਤਾ ਕੌਣ ਪ੍ਰਬੰਧਕ ਹੈ, ਕੌਣ ਮੇਰਾ ਫਰੈਂਡ ਹੈ, ਕੌਣ ਕਿਸੇ ਦਾ, ਇੱਦਾਂ ਨਹੀਂ ਗਾ ਹੋਣਾ ਬਾਈ। ਉਹ ਜਿਹੜੇ ਇੰਨੇ ਲੋਕ ਮੂਹਰੇ ਖੜੇ ਆ, ਪਾਗਲ ਨਹੀਂ ਹੈਗੇ, ਠੀਕ ਹੈ ਨਾ, ਮਾੜਾ ਜਿਹਾ ਸਾਈਡ 'ਤੇ ਹੋ ਜਾਓ ਮੇਰਾ ਵੀਰ, ਇੱਦਾਂ ਵਧੀਆ ਨਹੀਂ ਲੱਗਦਾ ਯਾਰ। ਸਾਰੇ ਟਿਕਟਾਂ ਖਰਚ ਗਿਆ, ਤੁਸੀਂ ਫ੍ਰੀ ਵਾਲੇ ਯਾਰ, ਨਹੀਂ ਲੱਗਦਾ ਯਾਰ। ਸਾਰੇ ਟਿਕਟਾਂ ਖਰਚ ਗਿਆ, ਤੁਸੀਂ ਫ੍ਰੀ ਵਾਲੇ ਯਾਰ, ਐਂ ਥੋੜ੍ਹੀ ਹੁੰਦਾ ਵੀਰੇ ਯਾਰ, ਮਾੜਾ ਜਿਹਾ ਸਾਈਡ 'ਤੇ ਹੋ ਜਾਓ ਭਰਾ ਯਾਰ, ਐਂ ਥੋੜ੍ਹੀ ਗਾ ਹੁੰਦਾ, ਥੋੜ੍ਹੀ ਰਿਸਪੈਕਟ ਕਰਨੀ ਸਿੱਖੋ ਤੁਸੀਂ ਬਾਈ। ਤੁਸੀਂ ਭਰਾ ਹੋ ਨਾ ਮੇਰੇ, ਤੁਹਾਡੇ ਪਿੱਛੇ ਫੈਮਿਲੀਜ਼ ਬੈਠੀਆਂ ਨੇ, ਥੋੜ੍ਹਾ ਜਿਹਾ ਖਿਆਲ ਕਰੋ, ਸਾਈਡ 'ਤੇ ਨੂੰ ਹੋ ਜਾਓ। ਭੈਣਾਂ ਬੈਠੀਆਂ ਨੇ, ਘਰਦੇ ਬੈਠੇ ਨੇ, ਭਰਾ ਬੈਠਿਆ ਵੱਡੇ, ਇੱਦਾਂ ਵਧੀਆ ਨਾ, ਥੋੜ੍ਹੀ ਰਿਸਪੈਕਟ ਕਰੋ, ਆਪਣੇ ਤੋਂ ਵੱਡੇ ਨੇ ਉਹ, ਥੋੜ੍ਹਾ ਸਾਈਡ ਸਾਈਡ 'ਤੇ ਹੋ ਜਾਓ ਯਾਰ, ਖਿਆਲ ਰੱਖੋ ਇਹ ਚੀਜ਼ ਦਾ, ਹੈ ਨਾ, ਤੁਸੀਂ ਆਪ ਬਹੁਤ ਸਿਆਣੇ ਹੋ ਮੇਰਾ ਵੀ। ਥੈਂਕ ਯੂ ਯਾਰ, ਥੈਂਕ ਯੂ ਵੀਰੇ, ਥੈਂਕ ਯੂ ਭਰਾ, ਲਵ ਯੂ ਲਵ ਯੂ ਵੀਰੇ। ਜਦੋਂ ਪਰੇ ਹੋਊਗੇ ਮੈਂ ਉਦੋਂ ਕਹੂੰਗਾ, ਐਂ ਗਾ ਨਹੀਂ ਹੋਣਾ ਵੀਰੇ। ਦੇਖ ਲਓ, ਥੋੜ੍ਹਾ ਸਾਈਡ 'ਤੇ ਹੋ ਜਾਓ ਵੀਰੇ, ਫੈਮਿਲੀਜ਼ ਬੈਠੀਆਂ, ਪਿੱਛੋਂ ਉਹਨਾਂ ਦਾ ਖਿਆਲ ਕਰਨਾ ਪੜਦਾ, ਉਹ ਪਿੱਛੇ ਵੀ ਖੜੇ, ਉਹ ਵੀ ਇੰਜੋਏ ਕਰ ਹੀ ਰਹੇ ਆ ਬਾਈ, ਇੱਦਾਂ ਨਾ ਕਰੋ ਯਾਰ, ਬਾਈ ਗਾ ਨਹੀਂ ਹੋਣਾ, ਦੇਖ ਲਓ ਪਿੱਛੇ ਹੋ ਜਾਓ ਯਾਰ, ਹੋ ਜਾਓ ਭਰਾ, ਹੋ ਜਾਓ ਸਾਈਡ 'ਤੇ ਹੋ ਜਾਓ। ਸਟੇਜ ਤੋਂ ਉੱਤੇ ਜਿਹੜੀਆਂ ਯਾਰ, ਸਟੇਜ ਤੋਂ ਪਿੱਛੇ ਹੋਏ ਯਾਰ, ਬਾਈ ਸਟੇਜ ਤੋਂ ਪਿੱਛੇ ਹੋਏ ਯਾਰ, ਇੰਨੇ ਸਿਆਣੇ ਹੋ ਬਾਈ, ਮੇਰੇ ਤੋਂ 10-10 ਸਾਲ ਬੜੀ ਹੋਊਗੇ ਯਾਰ ਤੁਸੀਂ ਬਾਈ। ਹੈਲੋ, ਆ ਮਾੜਾ ਦੱਸਿਓ ਯਾਰ, ਰੌਲਾ ਪਾ ਕੇ ਸੁਣ ਗਿਆ ਭਰਾ, ਸਮਝਦਾਰ ਹੋ ਯਾਰ, ਥੱਲੇ ਹੋ ਜਾਓ, ਸਾਰੇ ਥੱਲੇ ਖੜ ਕੇ ਦੇਖ ਰਹੇ ਆ, ਐਡਾ ਕੋਈ ਚੱਕਰ ਨਹੀਂ, ਚਾਹੇ ਕੋਈ ਮੇਰੇ ਨਾਲ ਆਇਆ, ਚਾਹੇ ਕੋਈ ਬਾਹਰੋਂ ਆਇਆ, ਪਿੱਛੇ ਹੋ ਜਾਓ ਮੇਰਾ ਵੀਰ ਯਾਰ, ਆ ਟੁੱਟ ਜਾਣੀ ਆ ਭਰਾ, ਐਡੀ ਤਕੜੀ ਨਹੀਂ ਹੈਗੀ। ਸ਼ੇਰ ਸੁਣਾਵਾਂ ਇੱਕ, ਸ਼ੇਰ ਆਵਾਜ਼ ਨਹੀਂ ਸੁਣੀ ਮੈਨੂੰ, ਸ਼ੇਰ ਸੁਣਾਵਾਂ, ਠੀਕ ਆ, ਧਿਆਨ ਨਾਲ ਸੁਣੋ, ਫਿਰ ਤਾੜੀ ਮਾਰਿਓ। ਹੈ ਕਹਿੰਦਾ, ਜਿਹਨੂੰ ਸੱਟਾਂ ਖਾ ਕੇ ਨਜ਼ਾਰਾ ਆਉਂਦਾ ਹੋਵੇ ਨਾ, ਜਿਹਨੂੰ ਸੱਟਾਂ ਖਾ ਕੇ ਨਜ਼ਾਰਾ ਆਉਂਦਾ ਹੋਵੇ ਮੇਰੇ ਵਰਗੇ ਨੂੰ, ਉਹਨੂੰ ਦਵਾਈ ਨਹੀਂ ਚੰਗੀ ਲੱਗਦੀ, ਤੇ ਜਿਹੜਾ ਆਪ ਪਕਾਉਣਾ ਗਿੱਝਿਆ ਹੋਵੇ ਨਾ, ਉਹਨੂੰ ਪੱਕੀ ਪਕਾਈ ਨਹੀਂ ਚੰਗੀ ਲੱਗਦੀ। ਜਿਹਦਾ ਆਪਦਾ ਘਰ ਕੱਚ ਦਾ ਹੋਵੇ, ਜਿਹਦਾ ਆਪਦਾ ਘਰ ਕੱਚ ਦਾ ਹੋਵੇ ਨਾ, ਕਿਸੇ ਹੋਰ ਦੇ ਪੱਥਰ ਮਾਰਨ ਲਈ ਵਾਹ ਨਹੀਂ ਲਾਊਗਾ, ਤੇ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਬਾਈ ਜੀ, ਕਦੇ ਘਾਹ ਨਹੀਂ ਖਾਊਗਾ। ਬਾਈ ਸਟੇਜ ਗਿਰੂਗੀ, ਨਾਲ ਤੁਸੀਂ ਗਿਰੋਗੇ, ਨਾਲ ਮੈਂ ਗਿਰੂਗਾ, ਸਾਰਿਆਂ ਦੀ ਵੀਡੀਓ ਪੈ ਜਾਣੀ ਆ, ਫਿਰ ਬੇਇੱਜ਼ਤੀ ਵੀ ਹੋਊਗੀ, ਦੇਖ ਲਓ। ਆ ਬਾਊਂਸਰ ਵੀਰ ਵੀ ਥੱਲੇ ਚਲੇ ਜਾਓ, ਕੋਈ ਚੱਕਰ ਨਹੀਂ, ਆਪਾਂ ਨੂੰ ਕਿਸੇ ਚੀਜ਼ ਦਾ ਖਤਰਾ ਨਹੀਂ ਹੈਗਾ, ਇੱਥੇ ਨੋ ਪ੍ਰੋਬਲਮ, ਸਾਰੇ ਭਰਾ ਹੀ ਨੇ ਆਪਣੇ। ਕਹਿੰਦਾ, ਠੇਡਾ ਖਾ ਕੇ ਹੀ ਪਤਾ ਲੱਗਦਾ ਵੀ ਇਹ ਕਿਸੇ ਗੈਰ ਦਾ ਕਿ ਕਿਸੇ ਆਪਣੇ ਦੇ ਦਰ ਵਾਲਾ, ਠੇਡਾ ਖਾ ਕੇ ਹੀ ਪਤਾ ਲੱਗਦਾ ਵੀ ਇਹ ਕਿਸੇ ਗੈਰ ਦਾ ਕਿ ਕਿਸੇ ਆਪਣੇ ਦੇ ਦਰ ਵਾਲਾ, ਉਹ ਸ਼ੇਰ ਦੀ ਤਾਂ ਚਾਲ ਦੱਸ ਦਿੰਦੀ ਆ ਬਾਈ ਜੀ, ਇਹ ਜੰਗਲੀ ਆ ਕੇ ਚਿੜੀਆ ਘਰ ਵਾਲਾ। ਜੇ ਅੱਜ ਦੇ ਟਾਈਮ 'ਚ ਕਿਸੇ ਨੂੰ ਕਿਸੇ ਰਾਹ ਜਾਣ ਤੋਂ ਰੋਕੋਗੇ ਨਾ, ਉਹ ਉੱਧਰ ਜਾਊਗਾ ਹੀ ਜਾਊਗਾ, ਤੇ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਬਾਈ ਜੀ, ਕਦੇ ਘਾਹ ਨਹੀਂ ਖਾਊਗਾ। ਸਟਰਗਲ ਕੀਤਾ ਏ, ਹਵਾ ਨਹੀਂ ਕੀਤੀ। ਕਹਿੰਦਾ, ਹਵਾ ਤਾਂ ਸਾਡੇ 'ਚ ਵੀ ਬਹੁਤ ਆ, ਪਰ ਕਦੇ ਆਪਦੇ ਬੰਦਿਆਂ 'ਤੇ ਨਹੀਂ ਕੀਤੀ ਬਾਈ ਜੀ। ਸਟਰਗਲ ਕੀਤਾ ਏ।